ਇਸ ਤਰ੍ਹਾਂ ਜੀ ਕਿ ਸਾਡੀ ਪਾਰਟੀ ਦਾ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਦਾ ਹੈ। 12 ਤਰੀਕ ਦਾ ਮਾਤਾ ਭਾਗ ਕੌਰ ਜੀ ਦੀ ਯਾਦ ਨੂੰ ਸਮਰਪਿਤ ਅਸੀਂ ਇਹ ਕਾਨਫਰੰਸ ਕਰ ਰਹੇ ਹਾਂ ਮਾਘੀ ਦੇ ਮੇਲੇ ਦੇ ਉੱਤੇ ਭਾਈ ਮਹਾਂ ਸਿੰਘ ਹਾਲ ਦੇ ਵਿੱਚ। ਉਹਦੀ ਬੇਨਤੀ ਲੈ ਕੇ ਆਏ ਸੀਗੇ ਔਰ 14 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਘੀ ਦੇ ਉੱਤੇ ਇੱਕ ਭਾਰੀ ਕਾਨਫਰੰਸ ਕੀਤੀ ਜਾ ਰਹੀ ਹੈ। ਉਹਦੀ ਬੇਨਤੀ ਕਰਨ ਵਾਸਤੇ ਇੱਥੇ ਆਏ ਸੀਗੇ। ਮੈਨੂੰ ਇਹਨਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਉੱਥੇ ਪਹੁੰਚਾਂਗੇ ਅਤੇ ਵਿਚਾਰ ਸੁਣ ਕੇ ਆਵਾਂਗੇ। ਹੋਰ ਸਰਕਾਰਾਂ ਦਾ ਜਿਹੜਾ ਵਿਰੋਧ ਤਾਂ ਨਹੀਂ ਆਪਾਂ ਕਹਿ ਸਕਦੇ, ਲੇਕਿਨ ਉਹਨਾਂ ਨੇ ਜਿਹੜੇ ਕੰਮ ਕੀਤੇ ਨੇ ਅਤੇ ਉਸ ਤੋਂ ਇਲਾਵਾ ਜਿਹੜੀ ਅਕਾਲੀ ਦਲ ਕਿਸ ਤਰ੍ਹਾਂ ਦਾ ਸਰ ਇਸ ਵਾਰ ਜਿਹੜਾ ਦਾਅਵਾ ਕਰੇਗੀ? ਹੋਰਾਂ ਸਰਕਾਰਾਂ ਨੇ ਕੀਤਾ ਹੀ ਕੁਛ ਨਹੀਂ ਕੀਤਾ ਨਹੀਂ, ਅਕਾਲੀ ਦਲ ਵੱਲੋਂ ਅਕਾਲੀ ਦਲ ਨੇ ਕੰਮ ਕੀਤੇ ਆ, ਪਿੰਡਾਂ ਦੀਆਂ ਸੜਕਾਂ ਬਣਾਈਆਂ, ਸ਼ਹਿਰਾਂ ਦੀਆਂ ਬਣਾਈਆਂ, ਪਾਣੀ ਨਹਿਰੀ ਪਾਣੀ ਦਿੱਤਾ, ਪਾਈਪਾਂ ਪਾਈਆਂ, ਸ਼ਹਿਰਾਂ ਵਾਸਤੇ ਸੀਵਰੇਜ ਦਿੱਤਾ, ਗ੍ਰਿਡ ਬਣਾਏ ਆ ਔਰ ਮੰਡੀਆਂ ਬਣਾਈਆਂ। ਜੋ ਕੰਮ ਕੀਤੇ ਅਕਾਲੀ ਦਲ ਨੇ ਕੀਤੇ, 5 ਸਾਲ ਕੈਪਟਨ ਰਹਿ ਗਿਆ, ਕੈਪਟਨ ਨੇ ਕੁਛ ਨਹੀਂ ਕੀਤਾ। ਹੁਣ ਇਹਨਾਂ ਨੂੰ 2 ਸਾਲ ਇਹਨਾਂ ਨੂੰ ਹੋ ਗਏ ਆ, ਲਾਰੇ ਲਾ ਕੇ ਵੋਟਾਂ ਲੈ ਕੇ ਚਲੇ ਗਏ, ਨਾ ਇਹਨਾਂ ਨੇ ਕੋਈ 1,000 ਰੁਪਈਆ ਦਿੱਤਾ, ਨਾ ਨੌਕਰੀਆਂ ਦੀ ਸਾਲ ਉੱਤੇ ਡੰਡੇ ਮਾਰ ਰਹੇ ਆ ਇਹ, ਔਰ ਕੋਈ ਕੰਮ ਨਹੀਂ ਕੀਤਾ। ਇਕੱਲਾ ਬਿਜਲੀ ਵਾਲਾ, ਇਕੱਲਾ ਉਹ ਪਹਿਲਾਂ ਬਾਦਲ ਸਾਹਿਬ ਨੇ ਵੀ ਕੀਤਾ ਸੀਗਾ, ਉਹੀ ਗੱਲ ਇੱਧਰ ਆ ਰਹੇ ਆ। ਬਸ ਪ੍ਰਚਾਰ ਵੱਧਦਾ, ਸਾਡੇ ਵੇਲੇ 50 ਕਰੋੜ ਰੁਪਈਆ ਬਜਟ ਸੀਗਾ ਜਿਹੜਾ ਪ੍ਰਚਾਰ ਦਾ ਬਜਟ ਸੀਗਾ, ਜਿਹੜਾ ਆਪਾਂ ਐਡਵਰਟਾਈਜਮੈਂਟ ਦਿੰਦੇ ਹਾਂ ਅਖਬਾਰਾਂ ਨੂੰ ਜਾਂ ਟੀਵੀ ਨੂੰ, ਅਤੇ ਹੁਣ ਇਹਨਾਂ ਨੇ ਨਿਗੂਣਾ ਜਿਹਾ ਵਾਧਾ ਕੀਤਾ, 750 ਕਰੋੜ ਰੁਪਈਆ ਕੀਤਾ, ਇਹ ਨਿਗੂਣਾ ਜਿਹਾ ਵਾਧਾ ਹੀ ਹੈ। ਹੁਣ ਸਰ ਜਨਤਾ ਨੂੰ ਕਿਸ ਤਰ੍ਹਾਂ ਦੀ ਅਪੀਲ ਹੈਗੀ ਭਾਈ? ਜਨਤਾ ਨੂੰ, ਜਨਤਾ ਆਪ ਹੀ ਸਮਝਦਾਰ ਹੈਗੀ ਜੀ, ਜਨਤਾ ਨੂੰ ਹੁਣ ਚੀਕਾਂ ਮਾਰਦੀ ਜਨਤਾ ਤੋਂ।